ਕੀ ਗੱਲ ਦੋਸਤੋ ਕੀ ਹਾਲ ਚਾਲ ਨੇ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਜ਼ਰ ਹਾਂ ਜੀ ਅੱਜ ਫੇਰ ਇੱਕ ਨਵੀਂ ਵੀਡੀਓ ਲੈ ਕੇ ਉਮੀਦ ਹੈ ਤੁਹਾਨੂੰ ਪਸੰਦ ਆਵੇਗੀ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਪੰਜਾਬੀ ਮੂਵੀ ਲੇਕ ਫਿਲਮ ਦੇ ਬਾਰੇ ਉਹ ਪੈਸੇ ਤਾਂ ਫਿਲਮ ਨੂੰ ਬਾ 18 ਦਿਨ ਹੋ ਗਿਆ ਰਿਲੀਜ਼ ਹੋਈ ਨੂੰ 1 April 2022 ਨੂੰ ਰਿਲੀਜ਼ ਹੋਈ ਸੀ ਤੇ ਇਸ ਦਾ 12 ਦਿਨਾਂ ਦਾ ਬਾਕਸ ਆਫਿਸ ਕਲੈਕਸ਼ਨ ਜਿਹੜਾ ਆ ਉਹ ਜਾਣਦੇ ਹਾਂ ਤੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਸੀ ਬਨੂ ਠਾਕਰ ਮਨਵੀਰ ਬਰਾੜ ਨੇ ਤੇ ਇਸ ਫਿਲਮ ਦੀ ਕਹਾਣੀ ਲਿਖੀ ਸੀ ਜਗਦੀਪ ਸਿੱਧੂ ਨੇ ਜਿਨ੍ਹਾਂ ਨੇ ਕਿਸਮਤ ਫਿਲਮ ਲਿਖੀ ਸੀ ਜਿਨ੍ਹਾਂ ਨੇ ਕਿਸਮਤ 2 ਸੁਫਨਾ ਬਹੁਤ ਵਧੀਆ ਫਿਲਮਾਂ ਜਿਨ੍ਹਾਂ ਨੇ ਲਿਖੀਆਂ ਡਾਇਰੈਕਟ ਵੀ ਇਹ ਫਿਲਮਾਂ ਕੀਤੀਆਂ ਸੀ ਪਰ ਇਹ ਫਿਲਮ ਡਾਇਰੈਕਟ ਨਹੀਂ ਕੀਤੀ ਇਹ ਫਿਲਮ ਉਹਨਾਂ ਨੇ ਰਾਈਟਿੰਗ ਕੀਤੀ ਆ ਦੋਸਤੋ ਮਿਊਜ਼ਿਕ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਦੇ ਵਿੱਚ ਮਿਊਜ਼ਿਕ ਬੀ ਪ੍ਰੈਗ ਤੇ ਜਾਨੀ ਨੇ ਦਿੱਤਾ ਦੂਸਰੀ ਗੱਲ ਇਹ ਹੈ ਕਿ ਇਹਦਾ 12 ਦਿਨਾਂ ਦਾ ਆਪਾਂ ਬਾਕਸ ਆਫਿਸ ਕਲੈਕਸ਼ਨ ਜਾਣਦੇ ਹਾਂ ਕਿ 12 ਦਿਨਾਂ ਦੇ ਵਿੱਚ ਇਸ ਫਿਲਮ ਨੇ ਕਿੰਨੇ ਕਮਾਏ ਨੇ ਤੇ ਆਓ ਸ਼ੁਰੂ ਕਰਦੇ ਹਾਂ ਵੀਡੀਓ ਦੋਸਤੋ 1 April ਨੂੰ ਰਿਲੀਜ਼ ਹੋਣ ਵਾਲੀ ਫਿਲਮ ਜਿਹੜੀ ਆ ਉਹਨੇ 1 April ਤੋਂ ਲੈ ਕੇ 12 April ਤੱਕ ਟੋਟਲ ਕਲੈਕਸ਼ਨ ਜਿਹੜਾ ਕੀਤਾ ਜੀ ਉਹਦੀ ਜਾਣਕਾਰੀ ਦੇ ਰਿਹਾ ਜੀ ਫਰਸਟ ਵੀਕ ਉਹਨੇ ਇਸ ਫਿਲਮ ਨੇ 3 ਕਰੋੜ 783 ਲੱਖ ਰੁਪਏ ਕਮਾਈ ਸੀ ਤੇ ਸੈਕਿੰਡ ਵੀਕ ਜਿਹੜਾ ਹੈ ਜੀ ਉਹ 5 ਕਰੋੜ 29 ਲੱਖ ਰੁਪਏ ਕਮਾਈ ਸੀ ਤੇ ਟੋਟਲ ਕਲੈਕਸ਼ਨ ਜਿਹੜਾ ਵਾ 12 ਤਰੀਕ ਤੱਕ ਇਸ ਫਿਲਮ ਨੇ ਕੀਤਾ ਵਾ 9.9 ਕਰੋੜ 12 ਲੱਖ ਰੁਪਏ ਟੋਟਲ ਕਲੈਕਸ਼ਨ ਜਿਹੜਾ 12 ਤਰੀਕ ਤੱਕ ਹੋਇਆ ਜੀ ਤੇ 12 13 ਤਰੀਕ ਤੋਂ ਲੈ ਕੇ 18 ਤਰੀਕ ਤੱਕ ਜਿਹੜਾ ਕਲੈਕਸ਼ਨ ਆ ਉਹ ਮੈਂ ਅਗਲੀ ਵੀਡੀਓ ਦੇ ਵਿੱਚ ਦੱਸੂਗਾ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਤੁਹਾਨੂੰ ਇਹ ਕਿਦਾਂ ਦੀ ਮੂਵੀ ਲੱਗ ਰਹੀ ਹੈ ਅਜੇ ਵੀ ਸੁਲਮਿਆ ਘਰਾਂ ਤੇ ਚੱਲ ਰਹੀ ਆ ਜਿੰਨਾ ਜਿੰਨਾਂ ਨੇ ਨਹੀਂ ਦੇਖੀ ਦੇਖੋ ਬਹੁਤ ਵਧੀਆ ਰੋਮਾਂਟਿਕ ਮੂਵੀ ਆ ਬਹੁਤ ਸੋਹਣੀ ਮੂਵੀ ਆ ਸਾਰੇ ਜਾ ਕੇ ਦੇਖਿਓ ਤੇ ਮਿਲਦੇ ਆ ਨੈਕਸਟ ਵੀਡੀਓ ਵਿੱਚ ਧੰਨਵਾਦ